मेक सम नॉइज प्लीज। देखो कितना डिफिकल्ट रोड है। ओ देखो आओ आ रहे हैं। ये छोटी जी इतने दुकान है जितों तुम चाह कॉफी बिस्किट वगैरह मैगी नूडल दूजे तीजा सब कुछ ले सकते हो। 75% उतर चुके हैं, 25% रह गया। साथियों ने हौसले देखो पूरे बुलंद ने, कोई थकावट नहीं, कोई कुछ नहीं। ये साडा गाइड है, वैसे गाइड नहीं मिस गाइड है। सानू सारे रा मिस गाइड करता है। हुणे हुणे वेख जो बाद नहीं इतनी ट्रैकिंग होनी, फिर गोडिया जवाब दे जाना है। हां कहता मेरी घर वाली ने बुलाओ, पूछो बुलाओ, मैंने पूछा ही पूछो दसो किवें लगा। बहुत बढ़िया ट्रिप, बहुत बढ़िया। दो लेना बोल ट्रैकिंग सब तो बढ़िया है। ट्रैकिंग वाली जगह पर पहुँच गए। आ बंदा सानू लैके चलिया, दसदा है 1.5-2 किलोमीटर, पर मैनू लगता 7-8 तो घट नहीं होएगा। अगे वेखो जे अं तोड़ तक पहुँच गए तो एडिट करके तुम्हें वीडियो वेखन मिल जूगा, जे नहीं तो फिर असं कट देंगे। ठीक है, रेडी गाइस, रेडी, मेक सम नॉइज प्लीज। चलो फिर कर दे शुरू। ਉੱਪਰ ਪਹੁੰਚ ਗਏ ਪਹਾੜੀ ਦੇ। ਉਹ ਦੇਖੋ ਕਿੰਨਾ ਉੱਚਾ ਚੜ੍ਹ ਕੇ ਆਏ ਆ। ਇਹ ਲੈਟ ਮੀ ਸ਼ੋ, ਉਹ ਥੋਏ ਨੀਚੇ ਤੋਂ ਜਿੱਥੇ ਦਰਿਆ ਦਿਸ ਨਜ਼ਰ ਆ ਰਿਹਾ ਨਾ, ਦਰਿਆ ਵਾਲੀ ਜਗ੍ਹਾ ਤੋਂ ਚੜ੍ਹਦੇ ਚੜ੍ਹਦੇ ਤੱਕ ਪਹੁੰਚਿਆ। ਸੋ ਹੁਣ ਆ ਗਿਆ ਅਸੀਂ ਉੱਪਰ, ਉੱਪਰ ਹੈ ਮੈਦਾਨ, ਮੈਂ ਤੁਹਾਨੂੰ ਦਿਖਾਉਂਦਾ ਮੈਦਾਨ। ਇਹ ਆ ਮੈਦਾਨ ਜਿੱਥੇ ਹੁਣ ਸਾਰੇ ਪਹੁੰਚੇ ਨੇ। ਵਾਟਰਫਾਲ ਜਿੱਥੇ ਜਾਣਾ, ਉਹ ਦੇਖੋ ਉਹ ਵਾਟਰਫਾਲ ਜਿੱਥੇ ਅਸੀਂ ਪਹੁੰਚਣਾ, ਉਹ ਵਾਟਰਫਾਲ ਤੁਹਾਨੂੰ ਨਜ਼ਰ ਆ ਜਾਏਗਾ। ਚੱਲਦੇ ਚੱਲਦੇ ਉੱਪਰ ਖੱਬੜ ਰਸਤਿਆਂ ਤੋਂ ਉੱਤੇ ਹੁਣ ਅਸੀਂ ਥੋੜ੍ਹਾ ਜਿਹਾ ਡਾਊਨਫਾਲ ਵੱਲ ਨੂੰ ਜਾ ਰਹੇ, ਯਾਨੀ ਕਿ ਥੋੜ੍ਹਾ ਨੀਵਾਂ ਨੀਵਾਂ ਜਾ ਰਿਹਾ ਝਰਨੇ 'ਤੇ ਪਹੁੰਚਣਾ। ਸੋ ਝਰਨੇ 'ਤੇ ਪਹੁੰਚਣ ਵਾਸਤੇ ਆਸੇ ਪਾਸੇ ਬੜੇ ਹੁਣ ਸੋਹਣੇ ਸੋਹਣੇ ਦ੍ਰਿਸ਼ ਸ਼ੁਰੂ ਹੋ ਗਏ ਨੇ। ਹੁਣ ਜਿਹੜਾ ਗੋਪੀ ਨੂੰ ਅਸੀਂ ਥੋੜ੍ਹੀਆਂ ਗਾਲਾਂ ਘੱਟ ਕੱਢ ਰਹੇ ਹਾਂ, ਨਹੀਂ ਤਾਂ ਪਹਿਲਾਂ ਤਾਂ ਕਹਿ ਰਹੇ ਉਹਨੇ ਲੱਤਾਂ ਤੜਾ ਦੀਆਂ, ਲੱਤਾਂ ਤੜਾ ਦੀਆਂ। ਹੁਣ ਪਰ ਸੋਹਣੇ ਸੋਹਣੇ ਸੀਨ ਸ਼ੁਰੂ ਹੋ ਗਏ ਆ। ਗੋਪੀ ਦੀ ਬੇਟੀ ਵੀ ਨਾਲ, ਇਸ ਕਰਕੇ ਅਸੀਂ ਹੁਣ ਹਿਸਾਬ ਹਿਸਾਬ ਨਾਲ ਬੋਲ ਰਹੇ ਹਾਂ, ਬਾਅਦ 'ਚ ਹੀ ਉਹਨੂੰ ਚੰਗੀ ਤਰ੍ਹਾਂ ਬੋਲਾਂਗੇ। ਠੀਕ ਆ, ਓਕੇ, ਚਲੋ ਚਲੇ, ਚਲੋ ਚਲੇ, ਲੈ ਕਰ ਹਮ ਆਪਣੀ ਟੋਬੂ ਸਾਈਕਲੇ ਪਿੱਛੇ ਨੂੰ ਮੁੜ ਕੇ। ਇਹ ਉਹ ਸ਼ਖਸ ਆ ਜਿਹੜਾ ਸਾਨੂੰ ਇੱਥੇ ਤੱਕ ਧੱਕ ਕੇ ਲਿਆਇਆ, ਸਾਰਿਆਂ ਨੇ ਲੱਤਾਂ ਤੜਾ ਦੀਆਂ ਇੱਥੇ ਤੱਕ। ਦੇਖੋ ਵੀ ਐਡਾ ਖੂਬਸੂਰਤ ਟਰੈਕ ਕੀਤਾ ਕਦੇ ਤੁਸੀਂ, ਫਿਰ ਕਹੋ। ਕੋਈ ਗੱਲ ਨਹੀਂ, ਲੱਗ ਜੂ, ਤੁਰੇ ਚਲੋ, ਚੜੇ ਚਲੋ। ਨਹੀਂ ਫਾਈਨਲੀ ਬਿਲਕੁਲ ਅਸੀਂ ਨੇੜੇ ਪਹੁੰਚ ਚੁੱਕੇ ਹਾਂ ਵਾਟਰਫਾਲ ਦੇ, ਕਿਉਂਕਿ ਉਹਦੀ ਆਵਾਜ਼ ਵੀ ਸੁਣਨੀ ਸ਼ੁਰੂ ਹੋ ਗਈ ਹੈ, ਤਾਂ ਮਤਲਬ ਬਿਲਕੁਲ ਨਜ਼ਦੀਕ ਹੋਏਗਾ। ਹੁਣ ਇੰਨੀ ਦੂਰ ਚੱਲ ਕੇ ਆਏ ਹਾਂ, ਇੰਨਾ ਥੱਕੇ ਵੀ ਹਾਂ, ਟਰੈਕਿੰਗ ਵੀ ਕੀਤੀ ਹੈ। ਸੋ ਹੋਪ ਕਿ ਜਿਹੜੀ ਥਕਾਵਟ ਆ ਦੂਰ ਹੋ ਜਾਏਗੀ ਸਾਰੀ ਵਾਟਰਫਾਲ ਨੂੰ ਦੇਖ ਕੇ। ਬਿਲਕੁਲ ਨਜ਼ਦੀਕ ਹੈ, ਦੇਖੋ ਤੁਹਾਨੂੰ ਵੀ ਆਵਾਜ਼ ਸੁਣ ਰਹੀ ਹੈਗੀ ਇਹਦੇ ਵਿੱਚ ਸ਼ਾਇਦ ਆਡੀਓ। ਸੋ ਬਾਕੀ ਦਾ ਤੁਹਾਨੂੰ ਜਿਹੜਾ ਦ੍ਰਿਸ਼ ਹੈ ਉਹ ਵਾਟਰਫਾਲ ਦੇ ਨੇੜੇ ਜਾ ਕੇ ਦਿਖਾਉਂਦੇ ਹਾਂ। ਸੀ ਯੂ ਗਾਇਜ਼ ਦੇਅਰ, ਬਾਏ ਬਾਏ। ਫਾਈਨਲੀ ਵੀ ਆਰ ਨੀਅਰ ਬਾਏ ਟੂ ਵਾਟਰਫਾਲ, ਝਰਨਾ। ਸਾਡੇ ਨਾਲ ਦੇ ਸਾਥੀ ਉਹ ਵੀ ਆ ਰਹੇ ਨੇ। ਬੜਾ ਡਿਫੀਕਲਟ ਰੋਡ ਸੀਗਾ, ਬਹੁਤ ਹੀ ਡਿਫੀਕਲਟ। ਹੁਣ ਆਪਾਂ ਦੇਖਦੇ ਇੱਥੋਂ ਕਿੱਥੇ ਆ ਰਹੇ, ਪਿੱਛੇ ਆ ਜਾਓ, ਆ ਜਾਓ। ਦੇਖੋ ਕਿੱਡਾ ਡਿਫੀਕਲਟ ਰੋਡ ਹੈ, ਉਹ ਦੇਖੋ ਆਓ ਆ ਰਹੇ ਹੈ। ਆ ਜਾਓ, ਆ ਜਾਓ, ਆ ਜਾਓ, ਆ ਜਾਓ, ਆ ਜਾਓ ਸਾਥੀ, ਹੱਥ ਬੜਾਣਾ, ਇੱਕ ਅਕੇਲਾ ਥੱਕ ਜਾਏਗਾ। ਬਹੁਤ ਡਿਫੀਕਲਟ ਯਾ ਮੈਨ, ਬੜਾ ਹੀ ਮੈਨ ਵਰਕ ਵਾਈਲਡ ਵਾਲਾ ਰਾਹ। ਬਾਲਾ ਡਰ ਲੱਗਿਆ, ਲੋ ਜੀ ਆ ਗਿਆ ਵਾਟਰਫਾਲ ਵੀ ਦੇਖਣ ਵਾਸਤੇ ਅਸੀਂ ਜੀ ਦੂਰੋਂ ਆਏ ਹਾਂ। ਇਹ ਹੈ ਜੀ ਵਾਟਰਫਾਲ ਆਫ ਇੰਡੀਆ, ਵਾਟਰ ਆਫ ਇੰਡੀਆ। ਹੁਣ ਵੇਲਾ ਆ ਗਿਆ ਕਿ ਇਸ ਵਾਟਰਫਾਲ ਤੋਂ ਲੈਣੀ ਆਪਾਂ ਵਿਦਾਈ ਗਈ।
बड़ा वधिया तजर्बा रहा, बड़िया सोहनिया सोहनिया फोटो इतने खिंचाई गई। पिछले बर्न हो रहा क्योंकि लाइट बहुत ज़्यादा इस करके बर्न हो रहा पिछे। ये छोटी जी इतने दुकान है जितों तुम चाह कॉफ़ी बिस्किट वगैरह मैगी नूडल दूजा तीजा सब कुछ लै सकते हो। जो इतने कितने आओ तो चक्कर लगे तो रस्ता एक बार जरूर टफ है क्योंकि जी सीधी चढ़ाई आई एक बार सह ना सह ही रल लेंदी, उस तो बाद फिर थोड़ी जी प्लेन चढ़ा प्लेन शुरू हो जाता एरिया उसे तुम थोड़े सौखे रहने। तो इंजॉय द नेचर नीयर टू बार। हूँ अभी चलते हैं वापस, वापसी के राह जो कोई चलती जा वधिया चीज़ आई तुम जरूर दिखाऊंगा। टिल देन बाय बाय। भाई मित्र प्यारे हो, ट्रैकिंग करते करते उतरते उतरते बिल्कुल असी पहाड़ी दे लगभग 75% उतर चुके, 25% रह गया। साथियों ने हौसले देखो पूरे बुलंद ने, कोई थकावट नहीं, कोई कुछ नहीं, कोई इस तरह का शिकन नहीं गा। असी जरूर शिकायत की है गरीबा का जसड़ ये लैके आया सा पुठे रात नहीं, ये साडा गाइड आ, वैसे गाइड नहीं मिस गाइड आ सानू सारे राह मिस गाइड करता है। तो जो कि राह और नहीं सच एंदी सी नहीं सच आए कि नहीं मजेदार आ गए थले वेरी नाइस। चलो हेलो गाइस, लो जी टीम साड़ी ट्रैकिंग करके हुण आ गई है धरती ते, यानी कि सड़क ते आ गया। मैं अगे सी थोड़ा जिहा, बाकी सारे पिछे हौली हौली आ रहे आ, मेरा ख्याल तो आओ तुहानूं दिखावां की विचार उहनां दे। हाँ जी किवें मन, मजा आ गया भी नहीं पाए सी ना कल। अच्छा तां करके हैं आ साडा मिस गाइड आ गया जी, चढ़े किधर दी उतरे किधर दी। बहुत वधिया, साथियों नूं बेनती करूँगा जिहड़े भी ये वीडियो देखदे साडा पहलां दा यूट्यूब चैनल आ जिहड़ा हरिंदर पुलर, उन्हों तुसी सबसक्राइब करो, लाइक करो तो शेयर। दूजा किसी ने भी घूमना होना तो बरोट आओ, बिल्कुल साफ सुथरा वधिया अणछुआ तो बहुत सोहनी नेचर इत्थे कि जिहड़ी बंदे दे जिहड़े आपां कहीए कि आम ज़्यादातर इंसानां दे टच तो बाहर। थैंक यू बरोट। बरोट हाउ आर यू एक्सपीरियंस, योर एक्सपीरियंस सिर्फ दो शब्द, डेंजरस एंड एडवेंचर। ओह वेरी नाइस नूर, बहुत ही बढ़िया। ओए थैंक यू आगाज, दोनों रास्ते पकड़िया हैं हैं मेरी दोनों रास्ते पकड़िया मतलब सुरेंद्र पहले भी चेक कर। ओके ਹੁਣੇ ਹੁਣੇ ਵੇਖ ਜੋ ਬਾਅਦ ਚ ਨਹੀਂ ਇੰਨੀ ਟਰੈਕਿੰਗ ਆਉਣੀ, ਫਿਰ ਗੋਡਿਆ ਜਵਾਬ ਦੇ ਜਾਣਾ ਹੈ। ਹਾਂ ਕਹਿੰਦਾ ਮੇਰੀ ਘਰ ਵਾਲੀ ਨੂੰ ਬੁਲਾ, ਪੁੱਛਿਆ ਬੁਲਾ ਇਹਨੂੰ, ਪੁੱਛਿਆ ਹੀ ਨਹੀਂ, ਪੁੱਛੋ ਦੱਸੋ ਕਿਵੇਂ ਲੱਗਿਆ। ਬਹੁਤ ਵਧੀਆ ਹੋਰ ਦੋ ਲੈਣਾ ਬੋਲ ਗਿਆ, ਟਰੈਕਿੰਗ ਸਭ ਤੋਂ ਵਧੀਆ ਜੀ। ਹਾਂ ਹੋਣੀ ਸੀ ਉਹ ਘਰ ਵਾਲਾ ਜੋ ਲੈ ਕੇ ਗਿਆ ਸੀ ਤਾਂ ਤਾਂ ਨੂੰ ਇਹਨੂੰ ਤੇ ਆਪ ਰਾਹ ਦਾ ਭੁਲੇਖਾ ਸੀ, ਐਵੇਂ ਭੁਲੇਖੇ ਭੁਲੇਖੇ ਚ ਲੈ ਆਇਆ। ਇਹ ਆ ਉਹ ਵਾਟਰਫਾਲ ਜਿਹੜਾ ਤੁਹਾਨੂੰ ਮੈਂ ਉੱਪਰ ਵਿਖਾਇਆ ਸੀ, ਇੱਥੇ ਆ ਕੇ ਥੱਲੇ ਆ ਜਾਂਦਾ ਸਰ। ਉਹ ਸਾਡੀ ਗੱਡੀ ਖੜੀ ਆ, ਇਹ 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 ਉਹ ਖੜੀ ਆ। ਚਲੋ ਆਪਾਂ ਚੱਲਦੇ ਅੱਗੇ, ਕੁਛ ਵੀ ਦੇਖਣ ਦਿਖਾਉਣ ਵਾਲਾ ਜ਼ਰੂਰ ਤੁਹਾਨੂੰ ਦਿਖਾਵਾਂਗੇ। ਟਿਲ ਦੈਨ ਬਾਏ ਬਾਏ, ਸੀ ਯੂ ਲੇਟਰ, ਬਾਏ। ਢਾਬਾ ਇਸ ਢਾਬੇ 'ਤੇ ਖਾਸ ਗੱਲ ਕੀ ਆ, ਤੁਹਾਨੂੰ ਚੌਲ ਹੀ ਮਿਲਣਗੇ ਖਾਣ ਵਾਸਤੇ ਪਰ 7-8 ਸਬਜ਼ੀਆਂ ਦੇ ਨਾਲ। ਲਓ ਜੀ ਆ ਗਏ ਪੈਰਾਗਲਾਈਡਿੰਗ ਕਲੱਬ 'ਤੇ, ਪੈਰਾਗਲਾਈਡਿੰਗ ਹੋ ਰਹੀ ਆ ਇੱਥੇ ਵੀਰ ਦੇ ਵਿੱਚ, ਵੀਰ ਜਗ੍ਹਾ ਕਿਸ ਤਰ੍ਹਾਂ ਦੀ ਜਿੱਥੇ ਬਹੁਤ ਪੈਰਾਗਲਾਈਡਰ ਆਉਂਦੇ ਇੱਥੇ ਪੈਰਾਗਲਾਈਡਿੰਗ ਕਰਨ ਵਾਸਤੇ। ਆਹ ਯਾ ਮੈਂ ਨਾ ਆਉਂਦਾ ਹੀ ਖੱਟੇ ਰੰਗ ਦਾ ਉੱਡਿਆ, ਓਏ ਹੋਏ ਹੋਏ ਹੋਏ, ਹੁਣ ਆ ਗਈ ਵਾਰੀ ਮੇਰੀ, ਆਈ ਐਮ ਵੈਰੀ ਐਕਸਾਈਟਿਡ, ਦੇਖਦੇ ਆਪ ਕਿਆ ਬਣਦਾ ਹੈ। ਓਕੇ ਓਕੇ ਮੇਰੀ ਵਾਰੀ ਆ ਗਈ ਬਾਈ।